ਦੇ ਦੋ ਸਾਲ ਪੂਰੀ ਦੁਨੀਆ ਨੇ ਕਰੋਨਾ ਦਾ ਕਹਿਰ ਦੇਖਿਆ ਅਤੇ ਕਾਫੀ ਨੁਕਸਾਨ ਝੇਲਿਆ ਜਿਸ ਵਿੱਚ ਕਈ ਲੋਕਾਂ ਨੇ ਆਪਣੇ ਕੰਮਕਾਰ ਗਵਾਏ ਅਤੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਹਰ ਪਾਸੇ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕੋਵਿਡ ਵੈਕਸੀਨੇਸ਼ਨ ਦੀ ਸਲਾਹ ਹਰ ਡਾਕਟਰ ਅਤੇ ਸੂਝਵਾਨ ਲੋਕੀ ਦਿੰਦੇ ਹਨ ਸਾਡੀ ਫਾਸਟ ਨਿਊਜ਼ ਟੀਮ ਨੇ ਵੀ ਕਈ ਜਗ੍ਹਾ ਕੋਵਿਡ ਵੈਕਸੀਨੇਸ਼ਨ ਦੇ ਕੈਂਪਸ ਨੂੰ ਕਵਰ ਕੀਤਾ ਅਤੇ ਇਸੇ ਤਰ੍ਹਾਂ ਹੀ ਇੱਕ ਵੈਕਸੀਨੇਸ਼ਨ ਕੈਂਪ ਚਾਈਲਡ ਸਪੈਸ਼ਲਿਸਟ ਡਾਕਟਰ ਨਰੇਸ਼ ਗਰੋਵਰ ਵੱਲੋਂ ਸਿਵਲ ਸਰਜਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਆਪਣੇ ਹਸਪਤਲ ਮਜੀਠਾ ਰੋਡ ਵਿਖੇ ਲਗਵਾਇਆ ਬੜੀ ਗਿਣਤੀ ਚ ਲੋਕਾਂ ਨੇ ਆ ਕੇ ਵੈਕਸੀਨੇਸ਼ਨ ਲਗਵਾਈ ਅਤੇ ਕੋਵਿਡ ਦੀ ਰੋਕਤਾਂ ਵਿੱਚ ਆਪਣਾ ਯੋਗਦਾਨ ਪਾਇਆ ਸਾਡੀ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਡਾਕਟਰ ਨਰੇਸ਼ ਗਰੋਵਰ ਨੇ ਨਵੀਂ ਲਹਿਰ ਦੇ ਸਿੰਪਟਮਸ ਅਤੇ ਰੋਕਤਾਂ ਬਾਰੇ ਦੱਸਿਆ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਓਮਿਕਰੋਨ ਦੀ ਵੇਵ ਆ ਚੁੱਕੀ ਹੈ ਔਰ ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਤੇਜ਼ੀ ਨਾਲ ਕੇਸ ਵਧ ਰਹੇ ਸੀ ਤੇ ਸਿਵਲ ਸਰਜਨ ਸਾਹਿਬ ਨਾਲ ਮੈਂ ਡਿਸਕਸ ਕਰਕੇ ਅਸੀਂ ਆਪਣੇ ਹਸਪੀਟਲ ਦੇ ਵਿੱਚ ਜਿਹੜੀਆਂ ਗਵਰਨਮੈਂਟ ਵੱਲੋਂ ਸਰਪਲਾਈ ਦੀਆਂ ਡੋਜ਼ਾਂ ਦੇ ਰਹੇ ਆਂ ਫ੍ਰੀ ਦੇ ਰਹੇ ਆਂ ਔਰ ਤਕਰੀਬਨ 100 ਡੋਜ਼ਾਂ ਆਈਆਂ ਸਨ ਉਹ ਅਸੀਂ ਅੱਜ ਕੈਂਪ ਸ਼ੁਰੂ ਕੀਤਾ ਲਗਭਗ 25-30 ਲੋਕਾਂ ਨੇ ਜਿਹੜੀਆਂ ਵੈਕਸੀਨ ਲਗਵਾਈ ਹੈ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਨ੍ਹਾਂ ਦੀ ਵੀ ਡੋਜ਼ ਜਿਹੜੀ ਕੋਵਿਡ ਵੈਕਸੀਨ ਦੀ ਸੈਕੰਡ ਡੋਜ਼ ਜਾਂ ਬੂਸਟਰ ਡੋਜ਼ 듀 ਹੈ ਉਹ ਆ ਕੇ ਲਗਵਾ ਸਕਦੇ ਨੇ ਕਿਉਂਕਿ ਇਹ ਕੈਂਪਸ 'ਸੀ ਅਗਲੇ ਇਤਵਾਰ ਵੀ ਲਗਾਵਾਗੇ ਤਾਂ ਕਿ ਇਸ ਅਸੀਂ ਜਿਹੜੀ ਕੋਵਿਡ ਦੀ ਵੇਵ ਆਈ ਹੈ ਓਮਿਕਰੋਨ ਦੀ ਵੇਵ ਆਈ ਹੈ ਇਹਨੂੰ ਆਪਾਂ ਕਮਜ਼ੋਰ ਕਰ ਸਕੀਏ ਇਸ ਤੋਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਬਹੁਤ ਸਾਰੇ ਲੋਕਾਂ 'ਚ ਇਹਦੇ ਮਾਈਲਡ ਸਿੰਟਮ ਆ ਰਹੇ ਨੇ ਲੇਕਿਨ ਫਿਰ ਵੀ ਕੁਝ ਪਰਸੈਂਟੇਜ ਲੋਕਾਂ ਦੇ ਵਿੱਚ ਸੀਰੀਅਸ ਸਿੰਟਮ ਵੀ ਆ ਸਕਦੇ ਨੇ ਇਸ ਕਰਕੇ ਸਾਨੂੰ ਜਿਹੜੇ ਨੇ ਸਟੈਂਡਰਡ ਪ੍ਰੀਕਾਸ਼ਨਸ ਜਿਹੜੀਆਂ ਲੈਣੀਆਂ ਚਾਹੀਦੀਆਂ ਨੇ ਕੋਵਿਡ ਦੀ ਵਧੇ ਗਿਣਤੀ ਨੂੰ ਵੇਖਦੇ ਹੋਏ ਜਗਾ ਜਗਾ ਕੋਵਿਡ ਵੈਕਸੀਨੇਸ਼ਨ ਕੈਂਪਸ ਲੱਗਣ ਲੱਗੇ ਹਨ ਡਾਕਟਰ ਨਰੇਸ਼ ਗਰੋਵਰ ਨੇ ਆਪਣੇ ਹਸਪਤਲ ਵਿੱਚ ਅੱਜ ਇੱਕ ਕੈਂਪ ਦਾ ਆਰਗੇਨਾਈਜ਼ ਕੀਤਾ ਪਹਿਲਾਂ ਵੀ ਕਈ ਕੈਂਪਸ ਲਗਾ ਚੁੱਕੇ ਹਨ ਬੱਚਿਆਂ ਵਾਸਤੇ ਕਾਫੀ ਮੈਡੀਸਿਨ ਔਰ ਮੈਡੀਕੇਸ਼ਨ ਵਗੈਰਾ ਇਕੱਠੇ ਰਹਿੰਦੇ ਹਨ ਬਟ ਕੋਵਿਡ ਦੇ ਕੇਸਸ ਨੂੰ ਵੱਧਦੇ ਹੋਏ ਕੇਸਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਅੱਜ ਇੱਕ ਕੈਂਪ ਲਗਾ ਲਿਆ ਆਪਣੇ ਹਸਪਤਲ ਦੇ ਵਿੱਚ ਲੋਕੀ ਆਏ ਹੋਏ ਹਨ ਔਰ ਕਾਫੀ ਜਨਤਾ ਅਵੇਅਰ ਹੋਈ ਹੋਈ ਹੈ ਇਸ ਵਾਸਤੇ ਕਿ ਕੋਵਿਡ ਦੇ ਵੱਧਦੇ ਕੇਸਸ ਨੂੰ ਵੈਕਸੀਨੇਸ਼ਨ ਹੀ ਬਚਾ ਸਕਦੀ ਹੈ ਕੈਮਰਾ ਪਰਸਨ ਅਜਨਲ ਜੀ